वतना वे ओ मेरे यहाँ वतना वे वतना वे ओ मेरे यहाँ वतना वे कैदे आंदा जा बैठा कराची नेहरू गांधी बह गया दिल्ली हालांकि हुई तो वंड थी पंजाब बंगाल दे हाँ जी जिदा भरा जमीन वंड दे मतलब मतबली नहीं सही है ये जड़ा वाले मेरा सिख बहुत सी जड़ा वाली साइड तो सिख बहुत सी मेरे जो उतने कौन हिंदू और सिख बाकी कड़ा वार्ड बहुत हो पहले अपना नाम दसो जी मेरा नाम अशफाक अशफाक ते तुहाडे वालिद साहब का की नाम अब्दुल मजीद अब्दुल मजीद अच्छा ते किन्नी उम्र होनी हुण अपनी मेरी उम्र हाँ जी 85 के लागे है अच्छा ये जो जाड़े पे उदो 15 साल दे होने तुसी 16 साल हाँ जी ते केड़ा पिंड सी अपना बामू बामू वाला थोड़ा जे उच्ची बोल बामू वाल ते ये केड़ा इहनू तहसील केड़ी पैंदी सी पलथां रियासत कपूरथला रियासत कपूरथला जिला जलंधर जिला जिला थने सी साडी रियासत दी सी अच्छा ते इहदा जेड़ा तुहाडा पिंड सी पलथां सी ਪਲੱਥਾਂ ਤਹਿਸੀਲ ਸੀ ਪਿੰਡ ਬਾਮੂਵਾਲ ਸੀ ਬਾਮੂਵਾਲ ਜਿੱਥੇ ਸਾਡਾ ਕਾਫਲਾ ਲੱਗਾ ਜੀ ਉਹ ਨਾਲ ਸੀ ਪਿੰਡ ਦਬੂਰੀ ਔਰ ਨਡਾਲਾ ਅੱਛਾ ਅਤੇ ਇਹ ਜਿਹੜਾ ਬਾਮੂਵਾਲਾ ਸੀ ਇਹਦੇ ਲਾਗੇ ਪਿੰਡ ਹੋਰ ਕਿਹੜੇ ਕਿਹੜੇ ਸੀ ਨਡਾਲਾ ਜੀ ਦਬੂਰੀ ਜੀ ਖਾਨਗਾ ਤਲਵਾੜਾ ਸ਼ੇਰੂਵਾਲ ਜੀ ਉਸਿਆ ਤਲਵੰਡੀ ਜੀ ਮਾਣਾ ਤਲਵੰਡੀ ਲੱਖਣ ਕੇ ਸਿੱਖਾਂ ਦੇ ਪਿੰਡ ਸੀ ਅੱਛਾ ਧੀਰਪੁਰ ਰਮੀਦੀ ਜਗਾਂ ਮਿਰਜਾਪੁਰ ਹੈਬਦਪੁਰ ਇਹ ਪਿੰਡ ਸੀ ਸਾਡੇ ਆਲੇ ਦੁਆਲੇ ਕਾਫੀ ਪਿੰਡ ਹੀ ਯਾਰ ਇਹ ਜਿਹੜਾ ਤੁਹਾਡਾ ਪਿੰਡ ਸੀ ਇਹਦੇ ਵਿੱਚ ਕਿੰਨੇ ਕੁ ਮੁਸਲਮਾਨ ਸੀ ਅਤੇ ਸਿੱਖ ਹਿੰਦੂ ਸਾਰਾ ਮੁਸਲਮਾਨ ਨਹੀਂ ਸਾਡੇ ਸਿੱਖ ਕੋਈ ਨਹੀਂ ਅੱਛਾ ਅਤੇ ਸਾਡੇ ਪਿੰਡ ਮੁਸਲਮਾਨ ਨਾਲ ਅੱਛਾ ਅਤੇ ਕੋਈ ਮੈਂ ਗਿਣ ਰਿਹਾ ਨਾ ਜੀ ਅਤੇ ਸਭ ਮੁਸਲਮਾਨ ਨਾਲ ਦੇ ਔਰ ਰਾਜਪੂਤਾਂ ਦੇ ਪਿੰਡ ਅੱਛਾ ਤੇ ਤੁਹਾਡੇ ਵਾਲੇ ਪਿੰਡ ਦੇ ਵਿੱਚ ਕੋਈ ਹਿੰਦੂ ਦੁਕਾਨਦਾਰ ਹੋਣਾ ਕੋਈ ਹੈ ਉਹਨਾਂ ਨਾਂ ਕਿਸੇ ਦਾ ਯਾਦ ਗੋਪਾਲ ਗੋਪਾਲ ਹੋਰ ਬਸ ਕੱਲਾ ਉਹਦੇ ਕੋਈ ਬੱਚੇ ਪੋਤਰ ਨਾਥ ਨਾਥ ਸੀ ਪੋਤਰ ਅੱਛਾ ਤੇ ਪੋਤਰੇ ਵੀ ਹੈਗੇ ਸੀ ਉਹਦੇ ਅਜੇ ਉਹ ਮੇਰੀ ਉਮਰ ਦਾ ਵਿਆਹਿਆ ਹੀ ਨਹੀਂ ਸੀ ਅੱਛਾ ਜਿਹੜਾ ਨਾਥ ਸੀ ਉਹ ਤੁਹਾਡੀ ਉਮਰ ਦਾ ਸੀ ਉਦੋਂ 15-16 ਸਾਲਾਂ ਦਾ ਠੀਕ ਹੈ ਤੇ ਪਿੰਡ ਦੁਕਾਨਦਾਰ ਹੁੰਦੇ ਸੀ ਨਾ ਤਾਜਰ ਉਹ ਖੱਤਰੀ ਹੁੰਦੇ ਹਾਂਜੀ ਤੇ ਉਹਦਾ ਨੰਬਰਦਾਰ ਕੌਣ ਸੀ ਤੁਹਾਡੇ ਪਿੰਡ ਦਾ ਕੀ ਨਾਂ ਸੀ ਉਹਨਾਂ ਦਾ ਜਿਹੜਾ ਨਹੀਂ ਬਖਸ਼ ਔਰ ਮੰਬਲੀ ਅੱਛਾ ਔਰ ਨਹੀਂ ਬਖ ਜਿਹੜਾ ਸਾਡਾ ਬਾਬਾ ਉਹ ਜ਼ੈਲਦਾਰ ਵੀ ਸੀ ਅੱਛਾ ਜਿਹੜਾ ਨਬੀ ਬਖਸ਼ ਸੀ ਉਹ ਤੁਹਾਡਾ ਕੀ ਲੱਗਦਾ ਦਾਦਾ ਲੱਗਦਾ ਸੀ ਬਾਬਾ ਅੱਛਾ ਉਹ ਕੀ ਜ਼ੈਲਦਾਰ ਸੀ ਜ਼ੈਲਦਾਰ ਵੀ ਨੰਬਰਦਾਰ ਵੀ ਅੱਛਾ ਮੰਬਲੀ ਖਾਂ ਜਿਹੜਾ ਉਹ ਵੀ ਨੰਬਰਦਾਰ ਸੀ ਅੱਛਾ ਅਤੇ ਤੁਹਾਡੇ ਤੋਂ ਇਲਾਵਾ ਹੋਰ ਕਿਹੜੀਆਂ ਉੱਥੇ ਕੌਮਾਂ ਰਹਿੰਦੀਆਂ ਸੀ ਰਾਜਪੂਤਾਂ ਤੋਂ ਰਾਜਪੂਤ ਹੀ ਸੀ ਅੱਛਾ ਚੂੜਿਆਂ ਦੇ ਸੀ 50 ਘਰ ਇੱਕ ਬੰਨੇ ਇਕੱਠੇ ਕੰਮ ਕੁੰਮ ਕਰਨ ਵਾਲੇ ਉਹ ਮੁਸਲਮਾਨ ਸੀ ਜਾਂ ਨਹੀਂ ਨਹੀਂ ਉਹ ਚੂੜੇ ਉਹਨਾਂ ਦਾ ਕੀ ਨਾਂ ਸੀ ਕਿਸੇ ਦਾ ਨਾਂ ਯਾਦ ਉਹਨਾਂ ਦੇ ਨਾਂ ਕਿਸੇ ਨਾਲ ਵਸਾਵਾ ਕਿਸੇ ਨਾਲ ਭੂਕੀ ਕਿਸੇ ਨਾਲ ਲੱਭੂ ਹੈਂ ਇੱਦਾਂ ਦੇ ਨਾਂ ਸੀ ਉਹ ਬਥੇਰੇ ਨਾਂ ਉੱਥੇ ਅੱਛਾ ਉਹ ਬੈਠੇ ਰਹਿ ਗਏ ਕਿ ਆਏ ਉਹ ਵੀ ਨਾ ਚੂੜੇ ਉੱਥੋਂ ਉੱਧਰੇ ਨਾ ਅਸਾਈ ਇੱਥੋਂ ਉੱਧਰੇ ਅਸਾਈ ਵੀ ਉੱਦਾਂ ਉੱਦਾਂ ਹੀ ਰਹਿ ਪਈ ਜੀ ਜੀ ਉੱਧਰੇ ਕੌਣ ਹਿੰਦੂ ਔਰ ਸਿੱਖ ਜੀ ਜਿਹੜੇ ਇੱਧਰਲੇ ਉੱਧਰ ਚਲੇ ਗਏ ਤਾਂ ਉੱਧਰ ਜਿਹੜੇ ਉੱਧਰ ਚੂੜੇ ਬੈਠੇ ਰਹੇ ਅਤੇ ਜਿਹੜੇ ਇੱਧਰ ਅਸਾਈ ਉਹ ਵੀ ਬੈਠੇ ਬੈਠੇ ਇਹਨਾਂ ਨੂੰ ਤਾਂ ਕਿਸੇ ਵੀ ਕੁਛ ਨਹੀਂ ਕਿਹਾ ਜੀ ਕਠਾਵਾੜ ਜਿਹੜੀ ਹੋਈ ਇਹ ਮੁਸਲਮਾਨਾਂ ਦੀ ਹੋਈ ਤਾਂ ਉੱਧਰ ਹਿੰਦੂਆਂ ਦੀ ਇੱਥੇ ਹੋਈ ਸਿੱਖਾਂ ਦੀ ਜੀ ਦੋਵਾਂ ਪਾਰਟੀਆਂ ਦੀ ਹੋਈ ਅਤੇ ਹੋਰ ਕਿਹੜੇ ਮੋਤਬਰ ਬੰਦੇ ਸੀ ਪਿੰਡ ਦੇ ਇਹੋ ਸਾਡੇ ਤਾਂ ਦੋ ਹੋਈ ਅੱਛਾ ਅਤੇ ਤੁਹਾਡੀ ਜ਼ਮੀਨ ਇੱਥੇ ਕਿੰਨੀ ਸੀ 350 350 ਕਮਾ ਜਿਹਦੇ ਵਿੱਚ 4 ਕਮਾ ਬਾਗ ਵੀ ਅੱਛਾ ਕਾਹਦਾ ਔਰ ਸੰਤਰੇ ਔਰ ਅੰਬ ਜੀ ਅਮਰੂਦ ਸ਼ਤੂਤ ਅਤੇ ਖੂਹਾਂ ਦੀ ਸੀ ਬਾਈ ਸਾਰੀ
ਤੇ ਜਿਹੜੇ ਲਾਗੇ ਪਿੰਡ ਕੋਈ ਸਿੱਖਾਂ ਦਾ ਪਿੰਡ ਕਿਹੜਾ ਸੀ ਲਾਗੇ? ਪੀਰਪੁਰ। ਅੱਛਾ। ਲੱਖਣ ਕੇ, ਰਮੀਦੀ, ਬੁੱਬੋਵਾਲ, ਮੁੱਦੋਵਾਲ, ਬਾਕੀ ਸਾਰੇ ਬਹੁਤੀ ਸਾਡੀ ਰਿਆਸਤ 'ਚ ਮੁਸਲਮਾਨੀ ਔਰ ਖਾਸ ਕਰ ਰਾਜਨੀਤੀ। ਅਤੇ ਉਹ ਜਿਹੜੇ ਸਿੱਖ ਸੀ ਉਹਨਾਂ 'ਚੋਂ ਕਿਸੇ ਦਾ ਨਾਂ ਯਾਦ ਹੈ ਜਿਹੜੇ ਲਾਗੇ ਪਿੰਡਾਂ ਦੇ ਕਿਸੇ ਬੰਦੇ ਦਾ ਨਾਂ? ਉਹ ਦੱਸੋ। ਇੱਕ ਸੂਣ ਸਿੰਘ ਜੀ, ਕੁਸ਼ਾਲ ਸਿੰਘ, ਨਿਹਾਲ ਸਿੰਘ। ਇਹ ਕਿਹੜੇ ਪਿੰਡ ਦੇ ਸੀ? ਹਾਂ, ਇਹ ਕਿਹੜੇ ਪਿੰਡ ਦੇ ਸੀ? ਇਹ ਲੱਖਣ ਕੇ। ਅੱਛਾ। ਅਤੇ ਆਉਂਦੇ ਜਾਂਦੇ ਸੀ ਇੱਦਾਂ ਇੱਕ ਦੂਜੇ? ਉਦੋਂ ਕਿਹੜਾ ਫਸਾਦ ਹੁੰਦਾ, ਹਾਲ ਪਹਾੜੇ ਇਕੱਠੇ ਹੀ ਪਾਉਂਦੇ ਸੀ ਲੋਕ ਜੀ। ਅਤੇ ਲੜਾਈ ਝਗੜਾ ਨਹੀਂ ਸੀ ਕੋਈ ਵੀ? ਲੜਾਈਆਂ ਦਰੀ ਪੂਤਾਂ ਦੀ ਤਾਂ ਆਪਸ ਮੈਂ ਹੁੰਦੀਆਂ, ਸਿੱਖਾਂ ਦੀਆਂ ਆਪਸ ਮੈਂ ਹੁੰਦੀਆਂ। ਅੱਛਾ। ਉਹ ਮਜ਼ਹਬੀ ਲੜਾਈ ਨਹੀਂ ਸੀ? ਨਹੀਂ ਨਹੀਂ, ਕੋਈ ਮਜ਼ਹਬੀ ਲੜਾਈ ਸਿੱਖਾਂ ਦੀ ਮੁਸਲਮਾਨਾਂ ਨਾਲ ਜਾਂ ਹਿੰਦੂਆਂ ਨਾਲ? ਇਹ ਤਾਂ ਇੱਕ ਦੂਜੇ ਦੇ ਨੇੜੇ ਦੇ ਜੇ ਜਾਂਦੇ ਸੀਗੇ, ਵਿਆਹਾਂ ਸ਼ਾਦੀਆਂ 'ਤੇ ਆਉਂਦੇ ਜਾਂਦੇ ਜੀ। ਅਤੇ ਤੁਹਾਡੀ ਗੋਤ ਕਿਹੜੀ ਹੈ? ਹਾਂ, ਗੋਤ ਤੁਹਾਡੀ? ਹੜਪਾਲ। ਹੜਪਾਲ। ਅਤੇ ਜਦੋਂ ਤੁਸੀਂ ਉੱਥੋਂ ਆ ਉਜਾੜੇ ਵਾਲਾ ਰੌਲਾ ਜਦੋਂ ਪਿਆ, ਉਦੋਂ ਤੁਸੀਂ ਕੀ, ਤੁਹਾਨੂੰ ਪਤਾ ਲੱਗਾ ਕੀ ਸੁਣਿਆ ਤੁਸੀਂ? ਕਿੰਨੇ ਕੁ ਦਿਨ ਪਹਿਲਾਂ ਤੁਹਾਨੂੰ ਪਤਾ ਲੱਗ ਗਿਆ ਸੀ? ਸਾਨੂੰ ਵੀ 2 ਦਿਨ ਪਹਿਲੇ। ਅੱਛਾ। ਬਸ 30 ਦਿਨ ਉਜੜ ਪਿਆ, ਜੰਗ ਖੜਕ ਗਿਆ। ਕੀ ਪਤਾ ਲੱਗਾ ਤੁਹਾਨੂੰ ਵੀ ਹੁਣ ਇੱਥੇ ਉਜੜ ਜਾਓ, ਨਹੀਂ ਤਾਂ ਇੱਥੇ ਕੰਮ ਖਰਾਬ ਹੋਣ? ਸਾਡੇ ਕਟਾਵਾਰ ਨਹੀਂ, ਅਸੀਂ ਰੁੜੇ ਹਾਂ ਪਾਣੀ 'ਚ, ਬਾਕੀ ਕਟਾਵਾਰ ਬਹੁਤ ਹੋ। ਤੁਹਾਡੇ ਉੱਥੇ ਬੈਠਿਆਂ ਵੀ ਹੋਈ ਸੀ, ਸ਼ੁਰੂ ਹੋ ਗਈ ਸੀ ਉਦੋਂ ਹੀ? ਉਦੋਂ ਹੀ ਹੋ ਗਈ। ਅੱਛਾ। ਅਸੀਂ ਜਥਿਆਂ 'ਚ ਸਾਡੇ ਬੰਦੇ ਬਰਸ਼ੀਆਂ ਤਲਵਾਰਾਂ ਲੈ ਕੇ ਨਿਕਲੇ ਆ ਉੱਥੇ। ਅੱਛਾ। ਫਿਰ 1,25,00,000 ਦਾ ਕਾਫਲਾ ਸਾਡਾ ਲੱਗ ਗਿਆ। ਤੁਸੀਂ ਪਿੰਡੋਂ ਕਿਸ ਕੁ ਟਾਈਮ ਨਿਕਲੇ ਸੀ? ਅਸੀਂ ਸੁਬਹਾ ਸੁਬਹਾ। ਅੱਛਾ। ਉਦੋਂ ਕੀ ਮੰਜ਼ਰ ਸੀ? ਸਮਾਨ ਸਮੂਨ ਕਿੰਨਾ ਇਕੱਠਾ ਕੀਤਾ, ਕੀ ਹਿਸਾਬ ਕਿਤਾਬ? ਕੋਈ ਹਿਸਾਬ ਨਹੀਂ, ਉੱਦਾਂ ਹੀ ਮਾਲ ਛੱਡ ਗਿਆ ਅਤੇ ਕੋਈ ਮੰਜੇ ਉੱਥੇ ਕਾਹਦੇ, ਉੱਦਾਂ ਹੀ ਉੱਠ ਕੇ ਤੁਰ ਪਏ, ਕੋਈ ਸ਼ੈ ਨਹੀਂ ਸੀ ਕੋਲ। ਅੱਛਾ। ਘਰ ਭਰੇ ਹੀ ਛੱਡ ਗਿਆ ਜੀ ਪੂਰਾ ਪਿੰਡ। ਸੁਬਹਾ ਟਾਈਮ ਉੱਠੇ ਤੁਸੀਂ? ਪੂਰਾ ਪਿੰਡ ਕੀ, ਜਿੰਨੇ ਮੁਸਲਮਾਨ ਸੀ। ਅੱਛਾ, ਤੁਹਾਡੇ ਪਿੰਡ ਇਕੱਠੇ ਹੋਏ ਸੀ? ਹਾਂ। ਅੱਛਾ। ਸਾਡੇ ਪਿੰਡ ਨਹੀਂ, ਲਾਗਲਾ ਪਿੰਡ ਸੀ। ਕਿਹੜਾ? ਲਾਲਾ ਔਰ ਦਬੂੜੀ। ਅੱਛਾ, ਉੱਥੇ ਸੀ ਇਕੱਠੇ? ਦੋ ਪਿੰਡਾਂ ਨਰਾਇਓਂ ਲਾ ਕੇ ਦਬੂੜੀ ਤੱਕ 2 ਮੀਲਾਂ ਦਾ ਮੁਕਾਬਲਾ। ਅੱਛਾ। ਉੱਥੇ ਫਿਰ ਤੁਸੀਂ ਚਲੇ ਗਏ? ਸਾਰੇ ਉੱਥੇ ਇਕੱਠੇ ਹੋਏ, ਸਾਡੇ ਪਿੰਡੋਂ ਆਲੇ ਦੁਆਲੇ ਹੀ ਸਾਰੇ। ਉੱਥੇ ਕਿੰਨੀ ਦੇਰ ਰਹੇ ਫਿਰ ਤੁਸੀਂ? 21 ਦਿਨ ਉਸ ਪਿੰਡ ਦੇ ਵਿੱਚ। 21 ਦਿਨ ਫਿਰ ਡੋਗਰਾ ਮਿਲਟਰੀ ਨੇ ਉੱਥੋਂ ਖਾ ਲਏ। ਅੱਛਾ। 21 ਦਿਨ ਫਿਰ ਉੱਥੇ ਕੀ, ਕਿਵੇਂ ਤੁਸੀਂ ਗੁਜ਼ਰ ਬਸਰ ਕਰਦੇ ਰਹੇ? ਬਹੁਤ ਇੱਦਾਂ ਹੀ, ਕੋਈ ਆਟਾ ਕਿਤੇ ਦੱਬੀ ਜਾਵੇ, ਕੋਈ ਭੁੱਖਾ, ਕੋਈ ਧਿਆਇਆ, ਕਿਸੇ ਨੂੰ ਲੱਭੇ, ਕਿਸੇ ਨੂੰ ਨਾ ਲੱਭੇ। ਅਤੇ ਡੰਗਰ ਡੁੰਗਰ ਤਾਂ ਉੱਥੇ? ਡੰਗਰ ਡੁੰਗਰ ਕੋਈ ਨਾ, ਸਭ ਉੱਥੇ ਸਿੱਖਾਂ ਹੀ ਫੜ ਲੈ ਗਏ। ਅੱਛਾ। ਉੱਥੇ ਕੋਈ ਕੋਈ ਚੀਜ਼ ਨਹੀਂ ਸੀ? ਜੇ ਕੋਈ ਗੱਡਾ ਗੁੱਡਾ ਸੀ, ਗੱਡਾ ਗੁੱਡਾ ਉਹ ਕਿਸੇ ਨੇ ਜੋ ਲਿਆ, ਉਹਨੇ ਆਟਾ ਦਾਣਾ ਰੱਖ ਲਿਆ, ਫੱਕਾ ਨਹੀਂ ਕਨਾ ਜੀ। ਅਤੇ ਉੱਥੋਂ ਫਿਰ ਉੱਠੇ ਤੁਸੀਂ? 21 ਦਿਨ ਉੱਥੋਂ ਉੱਠੇ ਅਤੇ ਇੱਕ ਗਰਾਣਾ। ਅੱਛਾ। ਸਾਡੀ ਦਿੱਲੀਓਂ ਲਾਹੌਰ ਨੂੰ ਲੈਣ ਆਉਂਦੀ, ਇਹ ਵੀ ਸਾਨੂੰ ਹੀ ਆਉਂਦੀ। ਅੱਛਾ। ਗਡਾਣੇ ਆ ਗਏ, ਉਹ ਅਸੀਂ ਵਿਆਹ ਦਰਿਆ ਦੇ ਥੋੜ੍ਹਾ ਜਿਹਾ ਹੱਟ ਕੇ। ਅੱਛਾ। 2 ਕਮੀਲ ਜੀ ਉੱਥੇ ਫਿਰ ਰਾਤ ਦੇ 12 ਵਜੇ, ਉੱਧਰੋਂ ਬਾਰਿਸ਼ ਨਹੀਂ ਸੀ ਬੰਦ ਹੁੰਦੀ ਜੀ, ਬਾਰਿਸ਼ ਬੰਦ ਨਹੀਂ ਸੀ ਹੋ ਰਹੀ, ਤਾਂ ਰਾਤ ਦੇ 11-12 ਵਜੇ ਫਿਰ ਫਲੱਡ ਪਿਆ, ਬਸ ਚੀਕ ਝਾੜੇ ਪੈ ਗਏ। ਉਹ ਲੈਨ ਬੜੀ ਉੱਚੀ ਸੀ, ਉਹਦੇ ਚੜ੍ਹ ਗਏ, ਕੋਈ ਸੜਕ 'ਤੇ ਚੜ੍ਹ ਗਏ, ਕੋਈ ਪਿੰਡ ਲਾ ਕੇ ਗਡਾਉਣਾ ਸੀ, ਕੋਠਿਆਂ ਦੇ ਬੁੜੀਆਂ ਬੰਦੇ ਕੋਈ ਰੁੜ ਗਏ। ਅੱਛਾ। ਕੋਈ ਹੜ ਸੀ, ਉਹਨੇ ਬਹੁਤ ਨੁਕਸਾਨ, ਮੁੜ ਕੇ ਪੈ ਗਈ ਡਾਕੀ ਦੀ ਬਿਮਾਰੀ। ਅੱਛਾ। ਮੱਖੀਆਂ ਤੇਰੇ ਮੂੰਹ 'ਚ ਵੀ ਅਤੇ ਨਾਫਾਂ 'ਚ ਵੀ, ਤੂੰ ਮੈਨੂੰ ਫੜਦਾ ਮਰਦਾ ਜਾਂਦਾ, ਮੈਂ ਤੈਨੂੰ ਫੜਦਾ, ਇੱਦਾਂ ਹੀ ਪਿਆ ਸੀ, ਉੱਥੇ ਕਿਹੜਾ ਜਨਾਜ਼ੇ ਹੁੰਦੇ? ਅੱਛਾ। ਡਾਕੀ ਦੀ ਬਿਮਾਰੀ ਸਮਝਦਾ। ਅੱਛਾ। ਉਹ ਅਹੂ ਕਰਕੇ ਕਰਨਾ ਜਿੱਦਾਂ ਹੈਗਾ ਹੁੰਦਾ। ਅੱਛਾ। ਉਹ ਚੱਲ ਬੰਦਾ ਬੰਦਾ ਖਤਮ, ਇੱਦਾਂ ਫਿਰ ਬਹੁਤੇ ਹੀ ਲਾਉਂਦਾ, ਇੱਦਾਂ 70 ਹੀ ਪੈ ਦੇ, ਉੱਥੇ ਕਿਹੜੇ ਜਨਾਜ਼ੇ ਹੋਏ ਜਾਂ ਸਭ ਕੁਝ, ਉੱਦਾਂ ਹੀ ਆਉਂਦਾ ਛੜ। ਇਸੇ ਤਰ੍ਹਾਂ ਮਰੇ ਬੰਦੇ ਉੱਥੇ ਹੀ ਲੰਮੇ। ਕਿੰਨੇ ਕੁ ਬੰਦੇ ਮਰੇ ਹੋਣੇ ਬਿਮਾਰੀ ਨਾਲ? ਕਾਫੀ ਬੰਦੇ ਮਰੇ ਕਿ ਉੱਥੇ ਕੋਈ ਪਤਾ ਲੱਗਦਾ, ਫਿਰ ਬਹੁਤ ਮਰ ਗਏ ਬੰਦੇ, ਬੁੜੀਆਂ ਬੰਦੇ ਬਹੁਤ ਮਰੇ, ਕਈ ਘਰਾਂ ਦੇ ਘਰ ਹੀ ਵਿਹਲੇ ਹੋ ਗਏ। ਅਤੇ ਉੱਥੋਂ ਜਦੋਂ ਤੁਸੀਂ ਫਿਰ ਨਿਕਲ ਕੇ, ਕਿੰਨੇ ਤੁਹਾਨੂੰ ਕੱਢਿਆ, ਕੀ ਹੋਇਆ ਸੀ? ਉਹ ਡੋਗਰਾ ਮਿਲਟਰੀ। ਅੱਛਾ। ਉਹਨਾਂ ਕੀ ਕਿਹਾ ਵੀ ਚਲੋ? ਉਹਨਾਂ ਕਿਹਾ ਚਲੋ ਜੀ। ਫਿਰ ਉੱਥੋਂ ਆ ਕੇ ਤਾਂ ਅਸੀਂ ਉਰੇ ਦਰਿਆ ਤੋਂ ਉਰਲੇ ਬੰਨੇ ਰਹੇ 2 ਦਿਨ ਜੀ, ਉੱਥੋਂ ਫਿਰ ਜਿਉਂ ਚੱਲੇ, ਬਸ ਉੱਥੋਂ ਫਿਰ ਸਮਝ ਲਾ ਬਾਰਡਰ 'ਤੇ ਆ ਗਿਆ। ਅੱਛਾ। ਕਿਹੜੀ? ਅੰਮ੍ਰਿਤਸਰ ਲੰਘਿਆ, ਪੁਰਾਣੇ ਬਾਘੇ।
ਪੁਰਾਣਾ ਬਾਗ ਲਾਹੌਰੋਂ ਪੁਰਾਣੇ ਬਾਗ ਤੁਸੀਂ ਮੇਨ ਲਾਈਨ 'ਤੇ ਟੁਰੇ ਆਏ? ਹਾਂ, ਇੱਥੋਂ ਦੀ ਆਉਂਦੇ ਸੀ ਸਾਰੇ ਇੱਧਰੋਂ ਜੀ, ਫਿਰੋਜ਼ਪੁਰ ਵਾਲੇ ਇੱਧਰੋਂ ਆਏ ਆ, ਬਾਕੀ ਸਾਰੇ ਇੱਧਰੋਂ ਹੀ ਆਏ ਆ। ਸਹੀ, ਉੱਥੋਂ ਤੁਹਾਨੂੰ ਕਿੰਨੇ ਦਿਨ ਲੱਗੇ? ਕਿੱਥੋਂ? ਆਪਣੇ ਉੱਥੋਂ ਜਿੱਥੇ ਕੈਂਪ ਲੱਗਾ ਸੀ, ਕੈਂਪ ਲੱਗਾ ਸੀ ਹਾਂ, ਇੱਥੇ ਬਾਰਡਰ 2.5 ਮਹੀਨੇ। ਨਹੀਂ, ਉਹ ਤਾਂ ਵਿੱਚ ਰਹੇ ਨਾ, ਟੁਰਦਿਆਂ ਨੂੰ ਕਿੰਨਾ ਟਾਈਮ ਲੱਗਿਆ? ਮੈਂ ਕਿਹਾ ਵਿੱਚੇ 21 ਦਿਨ ਉਹ ਕਰ ਲਓ, 2.5 ਮਹੀਨੇ ਫੇਰ ਲੱਗੇ। ਅੱਛਾ, ਰਾਹ ਇੱਥੇ ਆਉਂਦਿਆਂ 2.5 ਮਹੀਨੇ ਲੱਗੇ। ਅੱਛਾ, ਰੁਕਦੇ ਆਏ ਰਾਹ 'ਚ? ਨਿੱਕੀ ਉੱਥੇ ਪੜ੍ਹੀ ਜੀ, ਅਤੇ ਵੱਡੀ ਇੱਥੇ ਆ ਕੇ ਪੜ੍ਹੀ ਕੱਤੇ। ਅਤੇ ਹਮਲਾ ਤੁਸੀਂ ਦੇਖਿਆ ਰਾਹ 'ਚ ਕੋਈ ਹੋਇਆ? ਸਾਡੇ ਤੋਂ ਪਹਿਲੇ ਸਾਡੇ ਕਾਫਲੇ 'ਤੇ ਨਹੀਂ ਹਮਲਾ ਹੋਇਆ। ਅੱਛਾ, ਸਾਡਾ ਤਾਂ ਉੱਦਾਂ ਮਰ ਗਿਆ। ਬਾਕੀ ਆ ਡੇਰਾ ਬਾਬੇ ਗੁਰੂ ਨਾਨਕ ਦਾ, ਇੱਥੇ 1.25 ਲੱਖ ਦਾ ਕਾਫਲਾ ਜੀ ਸ਼ਹੀਦ ਹੋਇਆ। ਅੱਛਾ, ਉਹਨਾਂ ਰਾਤ ਹਮਲਾ ਕੀਤਾ ਜੀ, ਅਤੇ ਉੱਦਾਂ ਸਾਡੇ ਆਉਣ ਤੋਂ ਪਹਿਲੇ ਸਿੱਖਾਂ ਨੇ ਅੰਮ੍ਰਿਤਸਰ ਗੱਡੀ ਜਿਹੜੀ ਤਬਾਹ ਕਰ ਦਿੱਤੀ, ਰੇਲ 'ਤੇ ਆ ਰਿਹਾ ਇੱਕ ਨੇ ਨਿਕਲਦਾ, ਸਾਰੀ ਰੇਲ ਹੀ ਤਬਾਹ ਕਰ ਦਿੱਤੀ, ਪੂਰੀ ਗੱਡੀ ਵੱਡੀ ਅੰਮ੍ਰਿਤਸਰ। ਤਾਂ ਫੇਰੇ ਬੁਰਜ ਵਾਲੇ ਦੇ ਵਿੱਚ 1.25 ਲੱਖ ਦਾ ਕਾਫਲਾ ਸੀ ਜੀ, ਉਹ ਵੀ ਸਾਡਾ ਬੰਦਾ ਸੀ ਇੱਥੇ ਪੁਲਿਸ ਲੈਣ ਦਾ ਇੰਚਾਰਜ, ਉਹਨੇ ਇਸ ਗੁੱਸੇ ਦੇ ਵਿੱਚ ਉਹਨੇ ਵੀ ਰਾਤ ਜੋ ਜੰਗਲ ਵਾਧਾ ਅਤੇ ਜੋ ਪੁਲਿਸ ਪਵਾ ਕੇ, ਤਾਂ ਉਹਨੇ ਵੀ ਇੱਕ ਨਹੀਂ ਨਿਕਲਣ ਦਿੱਤਾ ਉੱਥੇ। ਅੱਛਾ, ਕਿਹੜੀ ਜਗ੍ਹਾ 'ਤੇ? ਆ ਵੇਖਾ ਯੂਸਫ ਵਾਲਾ ਹੁਣ। ਅੱਛਾ, ਯੂਸਫ ਵਾਲਾ ਬੁਰਜ ਵਾਲਾ ਥਾਣਾ, ਯੂਸਫ ਵਾਲੇ ਆ ਸਹੀਵਾਲ ਦੇ ਕੋਲ। ਅੱਛਾ, ਇੱਥੇ ਮੁਸਲਮਾਨਾਂ ਨੇ ਵੱਡੀ ਗੱਡੀ? ਹਾਂ, ਸਾਡਾ ਬੰਦਾ ਸੀ ਉਹ ਉੱਧਰ ਪੁਲਿਸ ਅਫਸਰ ਸੀ, ਅੰਗਰੇਜ਼ ਅਜੇ ਇੱਥੇ ਐਸ ਪੀ ਸੀ, ਉਹ ਲੈਣ ਦਾ ਇਸਦਾ ਪੁਲਿਸ ਲੈਣ ਦਾ ਇੰਚਾਰਜ ਲੱਗ ਗਿਆ। ਅੱਛਾ, ਉਹਨੇ ਫਿਰ ਸਾਰਿਆ ਜਾਂ ਉਹਨੇ ਕਿਹਾ ਜਦੋਂ ਸਾਡੇ ਉੱਧਰ ਨਹੀਂ ਛੱਡੇ ਪਿਛੜਨੇ ਇਹ ਵੀ ਨਹੀਂ, ਉਹ ਅੰਗਰੇਜ਼ ਨਾਲ ਉਹਨਾਂ ਗੱਲ ਗੁੱਲ ਕੀਤੀ, ਅੰਗਰੇਜ਼ ਨੇ ਕਿਹਾ ਵੀ ਬਾਫਾਤ ਲਗਾਇਓ, ਇਹਨੇ ਫਿਰ ਜੰਗਲਵਾਦ ਦਾ ਅੰਗਰੇਜ਼ ਨੇ ਦੂਏ ਦਿਨ ਚਲੇ ਜਾਣਾ ਅਤੇ ਮੁਸਲਮਾਨ ਆ ਜਾਣਾ, ਇਹਨੇ ਜੰਗਲਵਾਦ ਦਾ ਜੋ ਪੁਲਿਸ ਲੈਣ ਦੀ ਰਾਤ 'ਤੇ ਹਮਲਾ ਕਰਕੇ ਨਿਕਲਣ, ਉਹਨਾਂ 'ਚੋਂ ਵੀ ਕੋਈ ਨਹੀਂ। ਅੱਛਾ, ਇਹ ਮੁਲਤਾਨ ਵੱਲੋਂ ਗੱਡੀ ਆ ਰਹੀ ਸੀ? ਮੁਲਤਾਨ ਵੱਲੋਂ ਨਹੀਂ, ਆ ਬੁਰਜ ਵਾਲੇ ਕਾਫਲਾ ਸੀ ਉਹਨਾਂ ਦਾ। ਅੱਛਾ, ਕਾਫਲਾ ਸੀ, ਕਾਫਲੇ 'ਤੇ ਸਹੀ ਵੱਲੋਂ ਹਮਲਾ ਕਰਾਇਆ। ਅੱਛਾ, ਹਾਂ, ਇਹ 1.25 ਲੱਖ ਦਾ ਕਾਫਲਾ, ਇਹਨਾਂ ਵੀ ਨਹੀਂ ਨਿਕਲਣ ਦਿੱਤਾ, ਅਤੇ ਜਿੱਥੇ ਅਸੀਂ ਬੈਠੇ ਹਾਂ ਜੀ, ਸਾਡੇ ਜੜ੍ਹਾਂ ਵਾਲੇ ਦੇ ਸਿੱਖੀ ਗੱਲਾਂ ਮੰਡੀ ਦੇ ਵਿੱਚ ਦਰਵਾਜ਼ੇ ਬੰਦ ਕਰਕੇ ਮੁਸਲਮਾਨਾਂ ਨੇ ਇੱਦਾਂ ਖੂਨ ਦੀਆਂ ਨਹਿਰਾਂ ਵਗਾ ਦਿੱਤੀਆਂ, ਨਿਕਲਣ ਇਹਨਾਂ ਵੀ ਕੋਈ ਨਹੀਂ ਦਿੱਤਾ। ਕਪੜੋ ਬਾਹਰ ਦੇ ਇੱਧਰ ਵੀ ਬੜੀ ਹੋਈ ਅਤੇ ਉੱਧਰ ਵੀ ਬੜੀ ਹੋਈ, ਉੱਧਰ ਵੀ। ਅਤੇ ਉਦੋਂ ਜਦੋਂ ਤੁਸੀਂ ਉੱਠੇ ਸੀ, ਉਦੋਂ ਤੁਹਾਡੇ ਜ਼ਿਹਨ 'ਚ ਕੀ ਸੀ ਵੀ ਹੁਣ ਪੱਕੇ ਪੱਕੇ ਉੱਠਣਾ ਹੀ ਆ, ਮੁੜ ਕੇ ਆਵਾਂਗੇ? ਨਹੀਂ ਨਹੀਂ, ਪੱਕੇ ਪੱਕੇ। ਅੱਛਾ, ਉਹ ਕਹਿੰਦੇ ਇਸਲਾਮ ਦਾ ਝਗੜਾ। ਅੱਛਾ, ਹਾਂ, ਮੁਸਲਮਾਨ ਉੱਧਰ ਚਲੇ ਜਾਓ, ਸਿੱਖ ਹਿੰਦੂ ਇੱਧਰ ਆ ਰਹੇ। ਪੰਜਾਬ ਬੰਗਾਲ ਦਾ ਵੰਡ ਹੋਈ ਜੀ, ਇਹਨਾਂ ਕੁਰਸੀਆਂ ਬੱਲੇ ਕੀਤਾ, ਅਤੇ ਉੱਥੋਂ ਫਿਰ ਤੁਸੀਂ ਜਦੋਂ ਆ ਗਏ ਇੱਥੇ ਵਾਗੇ, ਵਾਗੇ ਤੋਂ ਕ੍ਰਾਸ ਕੀਤਾ, ਅਤੇ ਫਿਰ ਇੱਧਰ ਕਿੱਥੇ ਆ ਕੇ ਬੈਠੇ? ਇੱਥੇ ਪਹਿਲੇ ਤਾਂ ਮਾਡਰਨ ਸਕੂਲ ਜੀ ਬੈਠੇ ਰਿਹਾ ਕਿੰਨੇ ਦਿਨ। ਅੱਛਾ ਜੀ, ਫਿਰ ਧੋਖਾ ਮੰਡੀ ਬੈਠੇ ਰਿਹਾ ਕਿੰਨੇ ਦਿਨ, ਲਾਹੌਰ, ਫਿਰ ਇੱਕ ਹੋਰ ਸੀ ਇੱਧਰ ਮਾਮੂ ਵਾਲਾ, ਉੱਥੇ ਰੁਲਦੇ ਰਹੇ ਜੀ, ਇਹਨੂੰ ਕੀ ਦੱਸੀਏ। ਫਿਰ ਅਸੀਂ ਇੱਕ 60 ਚੱਕ ਪਿੰਡ ਉੱਥੇ 2 ਦਿਨ ਰਹੇ। ਅੱਛਾ, ਫਿਰ ਤੇਰੇ ਇੱਥੇ ਲਾਗੇ ਕਾਦਰਾਬਾਦ ਆ ਗਏ। ਅੱਛਾ, 2 ਸਾਲ ਇੱਥੇ ਰਹੇ ਜੀ, ਇੱਥੋਂ ਮੁੜ ਕੇ ਫਿਰ ਉੱਥੇ ਚਲੇ ਗਏ ਜੜ੍ਹਾਂ ਵਾਲੇ। ਅੱਛਾ, ਉੱਥੇ ਚਾਚੇ ਮੇਰੇ ਸੀ ਜੀ, ਮੁੜ ਕੇ ਹੋਈਆਂ ਲਾਟਾਂ, ਅਸੀਂ ਉੱਥੇ ਰਹਿ ਗਏ ਅਤੇ ਉਹ ਝੰਗ ਚਲੇ ਗਏ। ਅੱਛਾ, ਹੁਣ ਤੁਸੀਂ ਜੜ੍ਹਾਂ ਵਾਲੇ ਕਿਹੜੇ ਪਿੰਡ ਬੈਠੇ? 60 ਚੱਕ, 60 ਚੱਕ, ਗੋਬਿੰਦਗੜ੍ਹ, ਗੋਬਿੰਦਗੜ੍ਹ, ਹਾਂ, ਤਹਿਸੀਲ ਲਾਹੌਰ। ਉਹ ਕਿਹਦਾ ਪਿੰਡ ਸੀ, ਕਦੀ ਸੁਣਿਆ ਕਿਸੇ ਤੋਂ ਪੁਰਾਣੇ ਬੰਦੇ? ਹਾਂਜੀ, ਪੁਰਾਣੇ ਦੇ ਕੋਲ ਸਾਨੂੰ ਨਹੀਂ ਪਤਾ, ਹਾਤੇ ਬੋਲਦੇ। ਅੱਛਾ, ਇੱਕ ਘਰ ਹਿੰਦੂਆਂ ਦਾ, ਉਹ ਤਹਿਸੀਲਦਾਰ ਜੱਡਾ ਸੀ ਹਿੰਦੂ ਜੀ, ਬਾਕੀ ਸਿੱਖਾਂ ਦਾ ਨਾਂ ਨੂੰ ਯਾਦ ਹੈ ਕਿਸੇ ਦਾ? ਹਾਂਜੀ, ਕਿਸੇ ਦਾ ਨਾਂ ਯਾਦ ਹੈ ਜਿੰਨਾ? ਹਾਂਜੀ, ਇਹ ਯਾਦ ਆ ਉਹਨਾਂ ਦੇ, ਉਹਨਾਂ ਦੇ ਹਾਤਿਆਂ ਦੇ ਯਾਦ ਆ। ਅੱਛਾ, ਦੱਸੋ ਨਾਂ। ਇੱਕ ਸੀ ਗੋਬਿੰਦਗੜ੍ਹ ਜੀ, ਗੋਬਿੰਦ ਰਾਮ ਜੀ, ਇੱਕ ਸੀ ਸਾਧੂ ਸਿੰਘ ਠੀਕ, ਇੱਕ ਸੰਤ ਸਿੰਘ ਜੀ, ਆਹੀ ਸਮਝ ਗੱਲ ਜੀ, ਜਿਹੜੇ ਮਾਲਕ ਸੀ ਇੱਥੋਂ 60 ਸਾਲ ਦੇ, 11 ਦਾ ਮਾਲਕ ਸੀ ਪਿੰਡ ਦੇ। ਠੀਕ, ਅਤੇ ਤੁਹਾਡਾ ਘਰ ਕਿੱਥੇ ਕਰਕੇ ਸੀ ਉੱਥੇ ਪਿੰਡ 'ਚ ਪਿੱਛੇ? ਸਾਡਾ ਸਭ ਤੋਂ ਉੱਚਾ ਘਰ ਸੀ ਅੱਜ ਦਾ ਚਬਾਰਾ, ਥੱਲਿਓਂ ਤਾਂ ਨੂੰ ਜਾਂਦੇ ਸਾਡੇ ਦਰਿਆਈ ਇਲਾਕਾ। ਅੱਛਾ, ਇੱਕ ਬੰਨੇ ਵਹੀ ਸੀ, ਇੱਕ ਬੰਨੇ ਦਰਿਆ ਸੀ, ਕਾਹੇ ਰਿਆਸਤ ਜਾਂਦੀ ਜੀ। ਅਤੇ ਵਿਚਾਲੇ ਸੀ ਘਰ ਪਿੰਡ ਦੇ ਜਾਂ ਸਾਈਡ 'ਤੇ ਕਿਤੇ ਸੀ? ਸਾਈਡ 'ਤੇ। ਅੱਛਾ, ਹਾਂ,
ਵਿਚਕਾ ਵੀ ਸੀ ਅਤੇ ਸਾਈਡ ਵੀ ਸੀ। ਅੱਛਾ, ਉੱਥੇ ਹਾਥੇ ਬੜੇ ਖੁੱਲ੍ਹੇ, ਜਿੱਦਾਂ ਇੱਥੋਂ ਚੜ੍ਹ ਕੇ ਉਹ ਚਲੇ ਗਈ, ਉਹ ਵਿਚਕਾ ਹੀ ਹੋ ਜਾਂਦਾ। ਉੱਥੇ ਕਿਹੜੀਆਂ ਕਿਹੜੀਆਂ ਫਸਲਾਂ ਹੁੰਦੀਆਂ ਤੁਹਾਡੇ ਪਿੰਡ? ਸਾਡੇ ਪਿੰਡ ਜਵਾਰ, ਕਣਕ, ਕਮਾਦ, ਕਪਾਹ, ਮੂੰਜੀ, ਸਾਰੀਆਂ ਫਸਲਾਂ ਹੁੰਦੀਆਂ, ਸਾਰੀਆਂ ਹੁੰਦੀਆਂ। ਸਾਡੇ ਦੋਵਾਂ ਮੁਰੱਬਿਆਂ 'ਤੇ ਵਹੀ ਵਗਦੀ, ਜਿਹੜੀ ਇੱਕ ਪਹਾੜ 'ਚੋਂ ਆਉਂਦੀ। ਅੱਛਾ, ਇੱਦਾਂ ਦਰਿਆ 6-7 ਮੀਲ 'ਤੇ ਵਿਆਹ ਜਿਹੜਾ, ਹਾਂਜੀ, ਉਹਦਾ ਤਾਂ ਗਾਂ ਆਣ ਕੇ 7 ਲੋ ਜਿਹਾ ਬਣਦਾ ਜੀ। ਅਤੇ ਮਸਜਿਦ ਕਿੱਥੇ ਕਰਕੇ ਸੀ? ਮਸਜਿਦ ਸਾਡੇ ਘਰ ਤੋਂ ਇੱਦਾਂ, ਜਿੱਦਾਂ ਆਹ ਸਾਡਾ ਘਰ ਹੋਵੇ ਨਾ, ਇੱਦਾਂ ਜਾ ਕੇ ਨਜ਼ਦੀਕ ਹੀ। ਅੱਛਾ, 1 ਕਿੱਲੇ ਦੇ ਫਰਕ। ਅਤੇ ਰਿਆਸਤ ਦਾ ਰਾਜਾ ਕੌਣ ਸੀ ਕਪੂਰਥਲੇ ਦਾ? ਉਹ ਹਿੰਦੂ। ਅੱਛਾ, ਉਹਨੇ ਉਹਨੇ ਮਰਵਾਇਆ ਜਾਂ ਲੋਕਾਂ ਨੇ? ਉਹਨੇ ਵਿਚਾਰੇ ਨੂੰ ਸਿਮਲੇ ਗਿਆ ਸੀ ਜੀ, ਨਾਲੇ ਉਹਨੇ ਜਿਹੜੇ ਆ ਜਿਹੜੇ ਨਹਿਰੂ ਗਾਂਧੀ ਉਹਨਾਂ ਨੇ ਅਤੇ ਕੈਦੇ ਆਦਮ ਹੋਣਾ ਨੇ, ਇਹ ਜਿਹੜੇ ਲੀਡਰ ਜਿਹੜੇ ਉਹਨਾਂ ਵਿਚਾਰੇ ਨੂੰ ਕਹਦੇ ਜਿਹੜੇ ਰਾਜੇ ਦਾ ਕੀ ਤਲਬ ਜੀ? ਰਾਜੇ ਤਾਂ ਮਤਹਿਤ ਬਾਦਸ਼ਾਹਾਂ ਦੇ ਸੀ, ਪਹਿਲੇ ਕਹਿੰਦੇ ਸੀਗੇ ਵੀ ਰਿਆਸਤ ਉੱਜਣੀ ਨਹੀਂ, ਰਾਜਾ ਕਹਿੰਦਾ ਮੈਂ ਨਹੀਂ ਉੱਠਣ ਦੇਣੀ ਜੀ। ਰਾਜਾ ਗਿਆ ਗਰਮੀਆਂ ਕੱਟਣ, ਸਾਉਣ ਭਾਦੋ ਦੇ ਦਿਨ ਸੀ, ਸ਼ਿਮਲੇ, ਸ਼ਿਮਲਾ ਪਹਾੜ ਸੀ ਦਿੱਲੀ ਦਾ, ਉਹ ਸਾਉਣ ਭਾਦੋ ਨੂੰ ਉੱਥੇ ਜਾਂਦਾ। ਉਹਦਾ ਪੁੱਤ ਸੀ ਟਿੱਕਾ, ਉਹ ਅਕਾਲੀਆਂ ਨਾਲ ਰਲ ਗਿਆ ਅਤੇ ਖਾਣਾ ਉਹਨੇ ਫਿਰ ਪਿੰਡਾਂ ਦੀ ਕੜਾਵਾੜ ਸ਼ੁਰੂ ਕਰਾ ਦਿੱਤੀ। ਅਤੇ ਤੁਹਾਡੇ ਪਿੰਡ ਦੇ ਬੰਦੇ ਜਿਹੜੇ ਸੀ ਉਹ ਇੱਥੇ ਆ ਕੇ ਕਿਹੜੇ ਕਿਹੜੇ ਪਿੰਡ ਬੈਠੇ? ਇੱਕ ਤਾਂ 60 'ਚ ਬਹਿ ਗਏ, 60 'ਚ ਬਹਿ ਗਏ, 8 'ਚ ਬਹਿ ਗਏ, ਇੱਕ 3 ਚੱਕ ਉੱਥੇ ਬਹਿ ਗਏ, ਉੱਥੇ ਹੀ ਉਹਦੇ ਬਹਿ ਗਏ, ਗੁਜਰਾਂ ਵਾਲੇ ਬਹਿ ਗਏ, ਮੁਲਤਾਨ ਬਹਿ ਗਿਆ, ਤੈਨੂੰ ਹੁਣ ਕਿੰਨੀ ਕੁ ਏਦਾਂ ਛੱਟਾ ਹੀ ਆ ਗਿਆ, ਛੱਟਾ ਆ ਗਿਆ। ਅਤੇ 60 ਚੱਕ ਦੇ ਵਿੱਚ ਕਿੱਥੋਂ ਕਿੱਥੋਂ ਦੇ ਲੋਕ ਆ ਕੇ ਬੈਠੇ? ਉਹ ਸਾਡੀ ਆਪਣੀ ਬਰਾਦਰੀ, ਸਾਡੀ ਰਿਆਸਤ ਦੇ ਹੀ ਆ, ਸਾਰੇ ਕਪੂਰਥਲੇ ਦੇ ਹੀ ਆ। ਹਾਂ, ਅੱਛਾ, ਥੋੜ੍ਹੇ ਆ ਘਰ ਲੁਧਿਆਣੀਆਂ ਦੇ ਆ ਜੀ, ਥੋੜ੍ਹੇ ਆ ਗੁਰਦਾਸਪੁਰੀਆਂ ਦੇ, ਬਾਕੀ ਬਹੁਤੀ ਸਾਡੀ ਰਿਆਸਤ ਹੀ ਆ। ਅੱਛਾ, ਉਦੋਂ ਮੁਸਲਮਾਨ ਤਗੜੇ ਸੀ ਕਿ ਹਿੰਦੂ ਸਿੱਖ ਤਗੜੇ ਸੀ? ਪੈਸੇ ਇੱਥੇ ਸਾਡੇ ਸੀ, ਸਾਡੇ ਮੁਸਲਮਾਨ ਤਗੜੇ। ਅੱਛਾ, ਸਾਡੇ ਰਾਜਪੂਤਾਂ ਦੀ ਆਬਾਦੀ ਸੀ ਜੀ, ਤਾਂ ਸਿੱਖ ਤਾਂ ਵਿਚਾਰੇ ਇਹਨਾਂ ਦੀ ਜ਼ਮੀਨਾਂ ਵਾਹੁੰਦੇ ਫਿਰਦੇ, 2-3 ਪਿੰਡ ਸੀ ਸਿੱਖਾਂ ਦੇ। ਅੱਛਾ, ਸਾਡੇ 5 ਤਹਿਸੀਲਾਂ, 5 ਰਾਜਪੂਤਾਂ ਦੀਆਂ। ਅੱਛਾ, ਔਰ ਸਾਡੇ ਇੱਕ ਰਾਜਪੂਤ ਇੱਦਾਂ ਦਾ ਜਿਹੜਾ ਅੱਧੀ ਵਿਆਸਤ ਦਾ ਮਾਲਕ ਸੀ ਜੀ, 22 ਪਿੰਡ ਦਾ ਮਾਲਕ। ਅੱਛਾ, ਉਹਦਾ ਕੀ ਨਾਂ ਸੀ? ਉਹ ਕਰਨਲ ਜਨਰਲ ਵੀ ਹੋਏ ਆ। ਅੱਛਾ, ਆਰਮੀ ਜੀ, ਚੌਰੀ ਰਸ਼ੀਦ ਹੋਣੀ। ਅੱਛਾ, ਚੌਰੀ ਰਸ਼ੀਦ, ਉਹ 22 ਪਿੰਡਾਂ ਦਾ ਮਾਲਕ ਸੀ। ਹਾਂ ਜੀ, ਉਹ ਰਿਆਸਤ ਦੇ ਪਹਿਲੇ ਰਾਜਵਾੜਾ ਉਹਨਾਂ ਕੋਲ ਹੀ। ਅੱਛਾ, ਹਾਂ, ਅਤੇ ਉੱਧਰ ਜਿਹੜੀ ਪੈਲੀ ਸੀ 300 ਕਮਾਂ, ਇੱਧਰ ਕਿੰਨੀ ਮਿਲੀ ਫਿਰ? ਇੱਥੇ 5 ਮੁਰੱਬੇ। ਅੱਛਾ, 5 ਮੁਰੱਬੇ ਮਿਲੇ ਸਾਡੇ, ਇਹ ਨਹਿਰੀ ਜ਼ਮੀਨ ਸੀ ਨਾ। ਅੱਛਾ, ਥੋੜ੍ਹੀ ਮਿਲੀ। ਉੱਧਰ ਜ਼ਮੀਨ ਚੰਗੀ ਸੀ ਇਹ ਵਾਲੀ, ਇਹ ਜ਼ਮੀਨ ਉਹਦੇ ਨਾਲ ਉਹਦੇ ਚੰਗੀ ਹੋਣੀ, ਇਹ ਨਹਿਰੀ ਇਲਾਕਾ ਸੀ ਨਾ, ਉਹ ਚੰਗੀ ਨਹੀਂ ਉਹਦੇ ਨਾਲੋਂ। ਅੱਛਾ, ਇਹ ਨਹਿਰੀ ਇਲਾਕਾ ਸੀ, ਇਹ ਚਾਹੀ ਜ਼ਮੀਨ ਸੀ, ਪਾਣੀ ਲੱਗਦਾ, ਉਹ ਵਿੱਚ ਬਰਾਨ ਸੀ, ਵਿੱਚ ਖੂਹਾਂ ਦੀ। ਹਾਂਜੀ, ਸਹੀ, ਉਹ ਸਾਡੇ ਦੋਵਾਂ ਬਾਬਿਆਂ ਨੇ 5 ਮੁਰੱਬੇ ਪਾਇਆ। ਅੱਛਾ, ਸਹੀ, ਉਹ ਬਾਬੇ ਤਾਂ ਯਾਦ ਕਰਦੇ ਹੋਣੇ ਆਪਣਾ ਵਤਨ ਕਿ ਨਹੀਂ? ਬਾਬੇ ਮਲਕਾ ਵਗੈਰਾ ਨਹੀਂ, ਜਦੋਂ ਤੱਕ ਰਹੇ ਆ। ਆਹੋ, ਉੱਦਾਂ ਤਾਂ ਬੁੜੇ ਕਹਿੰਦੇ ਸੀ ਇੱਥੇ ਐਵੇਂ ਪਰਾਉਣੇ ਐਵੇਂ ਮੁੜ ਚੱਲਣਾ ਉੱਦਾਂ ਹੀ। ਇਹ ਜੜ੍ਹਾਂ ਵਾਲੇ ਮੇਰਾ ਸਿੱਖ ਬਹੁਤ ਸੀ। ਹਾਂਜੀ, ਜੜ੍ਹਾਂ ਵਾਲੀ ਸਾਈਡ 'ਤੇ ਸਿੱਖ ਬਹੁਤ ਸੀ ਮੇਰੇ ਖਿਆਲ। ਉਹ ਸਾਡੇ ਜਿਹੜਾ ਸੀ ਨਾ ਬਾਹਰ ਦੋਵੇਂ, ਉਹ ਵੀ ਮੁਸਲਮਾਨਾਂ ਦੇ, ਮਾਰਾਂ ਵਾਲਾ ਉਹ ਵੀ ਮੁਸਲਮਾਨਾਂ ਦਾ, ਪਾਂਧੀਆਂ ਵਾਲਾ ਇੱਕ ਪਿੰਡ ਬਦਮਾਸ਼ਾਂ ਦਾ ਉਹ ਵੀ ਮੁਸਲਮਾਨਾਂ ਦਾ, ਬਾਕੀ ਸਿੱਖਾਂ ਦੇ ਪਿੰਡ ਜ਼ਿਆਦਾ। ਹਾਂਜੀ, ਵਰਿਆਮ ਸਿੰਘ ਵਾਲੇ ਲੌਕੇ, ਦੇਵੀ ਵਾਲੇ ਲੌਕੇ, ਬੂਧ ਸਿੰਘ ਵਾਲੇ ਲੌਕੇ, ਫਲਾਈ ਉਰੇ, ਮੋਤੀ ਸਿੰਘ ਵਾਲਾ, 60 ਜਾਕ ਇਹ ਸਿੱਖਾਂ ਦੇ, 58 ਇਹ ਸਿੱਖਾਂ ਦੇ ਪਿੰਡ ਸੀ, ਸਨੀ ਜਿਹੜੇ ਆਲੇ ਦੁਆਲੇ ਸਿੱਖ ਇੱਥੇ ਬਹੁਤ ਜੀ। ਪਰ ਮੁਸਲਮਾਨਾਂ ਨੇ ਕਤਲੋਕਾਰ ਦੋਨਾਂ ਦੀ ਬਥੇਰੀ ਕੀਤੀ, ਘੱਟ ਇਹਨਾਂ ਨੇ ਵੀ ਨਹੀਂ ਕੀਤੀ। ਕੈਦਿਆਂ ਦਾ ਜਾ ਬੈਠਾ ਕਰਾਚੀ, ਅਤੇ ਨਹਿਰੂ ਗਾਂਧੀ ਬਹਿ ਗਿਆ ਦਿੱਲੀ, ਹਾਲਾਂਕਿ ਹੋਈ ਤਾਂ ਵੰਡ ਸੀ ਪੰਜਾਬ ਬੰਗਾਲ ਦੇ। ਹਾਂਜੀ, ਜਿੱਦਾਂ ਭਰਾ ਜ਼ਮੀਨ ਵੰਡ ਗਏ, ਕਤਲੋਕਾਰ ਉਹਦਾ ਤਾਂ ਮਤਲਬ ਹੀ ਨਹੀਂ। ਸਹੀ ਹੈ, ਵਤਨਾ ਵੇ ਓ ਮੇਰਿਆਂ ਵਤਨਾ।